ਪਿਛਲੇ ਹਫਤੇ ਮੈਂ ਉਹ ਗੱਲ ਕੀਤੀ ਸੀ ਤਰਨਤਾਰਨ ਦੇ ਉਸ ਵੀਡੀਓਗ੍ਰਾਫਰ ਦੀ ਜਿਨੇ ਅਜਤੋਂ 2 ਸਾਲ ਪਹਿਲਾਂ ਉਸ ਲੜਕੀ ਦੀ ਔਰਦੇ ਪਿਤਾ ਦੀ ਫੋਟੋ ਲਈ ਸੀ ਜਿਹਨਾਂ ਨੂੰ ਪੁਲਿਸ ਬੜੀ ਬੁਰੀ ਤਰ੍ਹਾਂ ਕੁੱਟ ਰਹੀ ਸੀ ਉਸ ਤੋਂ ਬਾਅਦ ਉਹ ਲੜਕੀ ਨੂੰ ਵੀ ਤੇ ਇਸ ਵੀਡੀਓਗ੍ਰਾਫਰ ਨੂੰ ਪੁਲਿਸ ਨੇ ਸਕਾਟ ਦੇ ਦਿੱਤਾ ਪਰ ਉਹ ਜਿਹੜਾ ਵੀਡੀਓਗ੍ਰਾਫਰ ਹੈ ਜਗਜੀਤ ਸਿੰਘ ਉਹ ਕਹਿ ਰਿਹਾ ਹੈ ਵਾ ਪਿਆ ਦੀ ਜ਼ਿੰਦਗੀ ਇਸ ਤੋਂ ਬਾਅਦ ਬਰਬਾਦ ਹੋ ਗਈ ਇੱਕ ਤੇ ਜਿਹੜੀ ਉਹਨੂੰ ਪੰਜਾਬ ਪੁਲਿਸ ਦੀ ਸਕਿਉਰਿਟੀ ਮਿਲੀ ਆ ਉਹ ਸਕਿਉਰਿਟੀ ਵਾਲੇ ਉੱਤੇ ਦਬਾਅ ਪਾ ਰਿਆ ਵੀ ਤੂੰ ਕੰਪਰੋਮਾਈਜ਼ ਕਰ ਲੈ ਵੀ ਇਹਦੇ 'ਚ ਕੋਈ ਫੈਸਲਾ ਕਰ ਲੈ ਆਪਣੀ ਸਟੇਟਮੈਂਟ ਜਿਹ ਬਦਲਦੇ। ਔਰ ਉਹਨੂੰ ਆਪਣਾ ਰੋਜ਼ਗਾਰ ਚਲਾਉਣ ਵਾਸਤੇ ਵੀਡੀਓਗ੍ਰਾਫਰ ਜਿਹੜਾ ਵਾ ਉਹਨੂੰ ਆਪਣਾ ਮੋਟਰਸਾਈਕਲ ਵੇਚਣਾ ਪਿਆ ਆਪਣੇ ਕੈਮਰਾ ਇਕੁਪਮੈਂਟ ਵੇਚਣੀ ਪਈ ਕਿਉਂਕਿ ਉਹਨੂੰ ਕੋਈ ਨੌਕਰੀ ਨਹੀਂ ਸੀ ਦਿੰਦਾ ਕਿਉਂਕਿ ਉਹਦੇ ਨਾਲ ਸਿਕਿਉਰਿਟੀ ਵਾਲੇ ਜਾਂਦੇ ਸੀਗੇ। ਸੋ ਕੁਝ ਦਿਨ ਪਹਿਲਾਂ ਉਹਨੇ ਫੈਸਲਾ ਕੀਤਾ ਕਿ ਉਹ ਦਿੱਲੀ ਜਾਊਗਾ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਬਾਹਰ ਉੱਥੇ ਤਰਨਾ ਮਾਰੂਗਾ ਔਰ ਲੋਕਾਂ ਨੂੰ ਦੱਸੂਗਾ ਵੀ ਵੇਖੋ ਮੇਰੇ ਨਾਲ ਕੀ ਹੋਇਆ। ਦੋ ਤਿੰਨ ਦਿਨ ਪਹਿਲਾਂ ਪਾਈ ਬਲਦੀਪ ਸਿੰਘ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਖਡੂਰ ਸਾਹਿਬ ਤੋਂ ਇਲੈਕਸ਼ਨ ਲੋਕ ਸਭਾ ਦੀ ਲੜੀ ਸੀਗੀ ਕਾਮਯਾਬ ਤੇ ਨਹੀਂ ਸੀ ਹੋਏ। ਉਹਨਾਂ ਨੇ ਉਹਦੀ ਮਦਦ ਕਰਨ ਦਾ ਸੋਚਿਆ ਨਾਲ ਕੁਝ ਦਿਨ ਤੁਰੇ ਵੀ ਹੋ ਔਰ ਉਸ ਤੋਂ ਬਾਅਦ ਕੱਲ ਉਹਨਾਂ ਨੇ ਫੈਸਲਾ ਕੀਤਾ ਵਾ ਕਿ ਉਹਨੂੰ ਉਹ ਆਪਣੀ ਜਿਹੜੀ ਫਾਊਂਡੇਸ਼ਨ ਚਲਾਉਂਦੇ ਆ ਉਹਦੇ ਚੋ ਨੌਕਰੀ ਦੇਣਗੇ ਉੱਥੇ ਆਡੀਓ ਵੀਡੀਓ ਜਿਹੜੀ ਉਹਨਾਂ ਦੇ ਡਿਪਾਰਟਮੈਂਟ ਆ ਉਹਦੇ ਚੋ ਕੋਈ ਨਾ ਕੋਈ ਨੌਕਰੀ ਕਰੂ ਇਹਦੇ ਨਾਲ ਉਹਦਾ ਆਪਣਾ ਰੋਜ਼ਗਾਰ ਜਿਹੜਾ ਵਾ ਕੰਮ ਕਾਜ ਉਹਦਾ ਚੱਲ ਸਕੂਗਾ ਔਰ ਉਹਨਾਂ ਨੇ ਕਿਹਾ ਵੀ ਇਹਦਾ ਮਾਰਚ ਕਰਨ ਦਾ ਕੋਈ ਫਾਇਦਾ ਨਹੀਂ ਸੋ ਮਾਰਚ ਉਹਨੇ ਛੱਡ ਦਿੱਤੀ ਹੈ ਮੈਂ ਭਾਈ ਬਲਦੀਪ ਸਿੰਘ ਦੀ ਤਾਰੀਫ ਕਰਨਾ ਚਾਹੁੰਦਾ ਪੀ ਉਹਨਾਂ ਨੇ ਇਹੋ ਜਿਹਾ ਕਦਮ ਚੁੱਕਿਆ ਇੱਕ ਬੇਜ਼ਹਰਾ ਆਦਮੀ ਦੀ ਉਹਨਾਂ ਨੇ ਮਦਦ ਕੀਤੀ ਉਹਨੂੰ ਸਹ ਪਰ ਇਥੇ ਮੈਂ ਜ਼ਰੂਰ ਕਰਨਾ ਚਾਹੁੰਦਾ ਵੀ ਸਰਕਾਰ ਦੀ ਕੀ ਪੋਜ਼ੀਸ਼ਨ ਹੈ ਜਿਹੜੇ ਬੰਦੇ ਜਿਹੜੇ ਪੁਲਿਸ ਵਾਲੇ ਸੀਗੇ ਜਿਨ੍ਹਾਂ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕੀਤੀ ਉਹਨਾਂ ਨੂੰ ਉਦੋਂ ਸਸਪੈਂਡ ਕੀਤਾ ਗਿਆ ਸੀ ਜਦੋਂ ਸਾਰੇ ਪਾਸੇ ਹਾਹਾਕਾਰ ਮਚੀ ਸੀ ਉਹਨਾਂ ਨੂੰ ਹੁਣ ਹੌਲੀ ਜੀ ਦੁਬਾਰਾ ਰੀਇਨਸਟੇਟ ਕਰਤਾ ਗਿਆ ਸੋ ਅਸੀਂ ਕਿਸ ਜੁਬਾਨੇ ਚ ਰਹੇ ਹਾਂ ਕਿ ਇੱਕ ਪਾਸੇ ਤੇ ਇਹ ਲੋਕਾਂ ਨੂੰ ਕੋਈ ਸਹਾਰਾ ਨਹੀਂ ਸਰਕਾਰ ਇਹਨਾਂ ਬਾਰੇ ਪਰਵਾਹ ਨਹੀਂ ਕਰਦੀ ਔਰ ਦੂਜੇ ਪਾਸੇ ਜਿਨ੍ਹਾਂ ਦਾ ਖਸੂਰ ਆ ਉਹਨਾਂ ਨੂੰ ਅਸੀਂ ਹੌਲੀ-ਹੌਲੀ ਛੱਡ ਦਿੰਨੇ ਹ ਸੋ ਮੇਰੇ ਖਿਆਲ ਆ ਇਹ ਸੋਚਣ ਦੀ ਲੋੜ ਆ ਵੀ ਅਸੀਂ ਕਿਧਰ ਨੂੰ ਜਾ ਰਹੇ ਹਾਂ